ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਫੇਸਬੁੱਕ ਯੂਜ਼ਰ ਦੇਸ਼ਾਂ ਪ੍ਰਦੇਸ਼ਾਂ ਬੈਠੇ ਸਾਰਿਆਂ ਨੂੰ ਜਿਹੜੇ ਆਰ ਐੱਸ ਗੂਗਲ ਨੂੰ ਪਿਆਰ ਕਰਦੇ ਨੇ, ਚਾਹੁੰਦੇ ਨੇ। ਤਕਰੀਬਨ 6.25 ਲੱਖ ਲੋਕ ਸਾਡੇ ਸਪੋਰਟਰ ਨੇ ਜੋ ਸਾਡੀ ਫੇਸਬੁੱਕ ਪੇਜ ਨੂੰ ਲਾਈਕ ਕਰਕੇ ਹਰ ਰੋਜ਼ ਨਵੇਂ ਨਵੇਂ ਤਰ੍ਹਾਂ ਦੀ ਵੀਜ਼ਾ ਸੰਬੰਧਿਤ ਜਾਣਕਾਰੀਆਂ ਲੈਂਦੇ ਨੇ। ਯੂਟਿਊਬ ਚੈਨਲ ਹੈ ਆਰ ਐੱਸ ਗੂਗਲ ਕੁਆਲੀਫਿਕੇਸ਼ਨ ਦਾ, ਤੁਹਾਡੇ ਵਰਗੇ ਬਹੁਤ ਸਾਰੇ ਲੋਕਾਂ ਨੇ ਸਬਸਕ੍ਰਾਈਬ ਕੀਤਾ ਹੋਇਆ। ਤੁਸੀਂ ਵੀ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਤਰ੍ਹਾਂ ਦੀ ਵੀਡੀਓ 'ਤੇ ਜਾਣੂ ਕਰਵਾ ਕੇ ਵੀਜ਼ੇ ਸੰਬੰਧਿਤ ਜਾਣੂ ਕਰਵਾਇਆ ਜਾ ਸਕੇ। ਅੱਜ ਜਿਹੜਾ ਇਸ ਵੀਡੀਓ ਦਾ ਮਕਸਦ ਹੈ, ਉਹ ਮਕਸਦ ਹੈ ਉਹਨਾਂ ਲੋਕਾਂ ਤੱਕ ਪਹੁੰਚ ਕਰਨੀ, ਉਹਨਾਂ ਲੋਕਾਂ ਦੇ ਦਿਮਾਗ 'ਚੋਂ ਭੁਲੇਖੇ ਕੱਢਣੇ, ਜਿਹੜਾ ਬੱਚਾ ਇੱਕ ਵਾਰ ਕੈਨੇਡਾ ਤੋਂ ਰਿਫਿਊਜ਼ ਹੋ ਜਾਂਦਾ, ਜਾਂ ਦੋ ਵਾਰ ਕੈਨੇਡਾ ਤੋਂ ਰਿਫਿਊਜ਼ ਹੋ ਜਾਂਦਾ, ਜਾਂ ਕਿਸੇ ਹੋਰ ਮੁਲਕ ਤੋਂ ਰਿਫਿਊਜ਼ ਹੋ ਜਾਂਦਾ। ਸੋ ਉਸ ਰਿਫਿਊਜ਼ਲ ਤੋਂ ਬਾਵਜੂਦ ਵੀ ਉਸ ਬੱਚੇ ਦਾ ਵੀਜ਼ਾ ਕਿਵੇਂ ਲਿਆ ਜਾਂਦਾ, ਅੱਜ ਮੈਂ ਤੁਹਾਡੀ ਗੱਲ ਕਰਵਾਊਂਗਾ ਮਿਸਟਰ ਹਰਮਨਦੀਪ ਸਿੰਘ ਨਾਲ, ਜੋ ਕਿ ਕਾਮਰਸ ਬੈਕਗਰਾਊਂਡ ਸੀ। 4 ਵਾਰ ਰਿਫਿਊਜ਼ਲ ਸੀ ਬੱਚਾ, 1 ਨਹੀਂ 2 ਨਹੀਂ 3 ਨਹੀਂ 4 ਵਾਰ ਰਿਫਿਊਜ਼ਲ ਹੋਣ ਦੇ ਬਾਅਦ ਵੀ ਉਸ ਬੱਚੇ ਦਾ ਆਰ ਐੱਸ ਗੂਗਲ ਦੀ ਟੀਮ ਦੀ ਮਦਦ ਨਾਲ ਵੀਜ਼ਾ ਲੱਗਾ। ਉਹਦੇ ਨਾਲ 2 ਮਿੰਟ ਗੱਲਾਂ ਕਰਾਂਗੇ, ਤਜਰਬਾ ਰਵਾਂਗੇ, ਪੁੱਛਾਂ ਵੀ ਕਿੱਦਾਂ ਰਿਹਾ ਤੁਹਾਡਾ ਸਾਡੇ ਨਾਲ। ਸੋ ਬੇਸਿਕਲੀ ਮੈਸੇਜ ਉਹਨਾਂ ਬੱਚਿਆਂ ਨੂੰ ਹੈ ਜਿਹੜੇ ਕੈਨੇਡਾ ਜਾਣ ਦੇ ਇੱਛੁਕ ਨੇ, ਪ੍ਰੋਫਾਈਲ ਅੱਛੀ ਹੈ, ਨੰਬਰ 60% ਨੇ, 6 ਵਾਰ ਡਾਇਲਸ ਵਿੱਚੋਂ ਹੈਗੇ ਨੇ, ਬਟ ਗਲਤ ਏਜੰਟ ਦੇ ਹੱਥਾਂ ਚੜ ਕੇ ਗਲਤ ਕੋਰਸ ਚੂਜ਼ ਕਰਨ ਕਰਕੇ ਵੀਜ਼ਾ ਰਿਫਿਊਜ਼ ਕਰਾ ਬੈਠੇ ਨੇ। ਅੱਜ ਉਹ ਹਤਾਸ਼ ਹੋ ਕੇ ਬਹਿ ਗਏ ਨੇ ਕਿ ਆਪਾਂ ਕੈਨੇਡਾ ਪੜ੍ਹਨ ਜਾਂਦਾ ਸੁਪਨਾ ਸਾਕਾਰ ਨਹੀਂ ਕਰ ਸਕਦੇ। ਸੋ ਕਿਵੇਂ ਇਹਨਾਂ ਦੇ ਸੁਪਨੇ ਨੂੰ ਹਕੀਕਤ ਦਾ ਜਾਮਾ ਪਹਿਨਾਇਆ ਗਿਆ, ਗੱਲਬਾਤ ਕਰਦੇ ਹਾਂ ਹਰਮਨ ਦੇ ਨਾਲ, ਉਹਦੇ ਫੈਮਿਲੀ ਮੈਂਬਰ ਨਾਲ। ਸਤਿ ਸ਼੍ਰੀ ਅਕਾਲ ਹਰਮਨ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੋ? ਠੀਕ ਸਰ। ਵਧਾਈਆਂ ਤੁਹਾਨੂੰ ਬਹੁਤ ਬਹੁਤ ਮੇਰੀ ਟੀਮ ਵੱਲੋਂ, ਤੁਸੀਂ 4 ਰਿਫਿਊਜ਼ਲ ਬਾਅਦ ਵੀਜ਼ਾ ਲਿਆ। ਸੋ ਤੁਸੀਂ ਸਾਡੇ ਦੋਸਤਾਂ ਨੂੰ ਕੀ ਕਹਿਣਾ ਚਾਹੋਗੇ? ਇੱਕ ਸਰ, ਮੈਂ ਜਦੋਂ ਪਹਿਲੀ ਵਾਰ ਵਿਜ਼ਿਟ ਕੀਤਾ ਸਰ ਨੂੰ, ਮੈਂ ਆਪਣੀ ਸਾਰੀ ਪੁਰਾਣੀ ਬੈਕਗਰਾਊਂਡ ਦੱਸੀ ਕਿ ਮੈਂ ਪਹਿਲਾਂ 2 ਵਾਰੀ ਜਲੰਧਰ ਦੀ ਕਿਸੇ ਕੰਪਨੀ ਕੋਲੋਂ ਰਿਫਿਊਜ਼ ਸੀ, ਦੈਨ ਮੈਂ ਆਸਟ੍ਰੇਲੀਆ ਦਾ ਅਪਲਾਈ ਕੀਤਾ, ਮੈਂ ਉੱਥੋਂ ਵੀ ਰਿਫਿਊਜ਼ ਹੋ ਚੁੱਕਾ। 1 ਵਾਰ ਮੇਰਾ ਰਿਫਿਊਜ਼ਲ ਸੀਗਾ USA ਦੀ ਟੂਰਿਸਟ ਵੀਜ਼ਾ, ਦੈਨ ਮੈਂ ਆਪਣੇ ਪੇਰੈਂਟਸ ਨਾਲ ਸਰ ਤੋਂ ਵਿਜ਼ਿਟ ਕੀਤਾ, ਇਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ, ਚੰਗੀ ਗਾਈਡੈਂਸ ਦਿੱਤੀ ਕਿ ਤੇਰਾ ਵੀਜ਼ਾ ਆਊਗਾ, ਤੇਰੀ ਬੈਕਗਰਾਊਂਡ ਅੱਛੀ ਹੈ। ਹੋਰ ਜਿਹੜੇ ਨਾ ਸਟਾਫ ਸੀ, ਇਹਨਾਂ ਨੇ ਬਹੁਤ ਵਧੀਆ ਡੀਲ ਕੀਤਾ, ਮੈਨੂੰ ਸਾਰਾ ਸਮਝਾਇਆ, ਸਾਰਾ ਪ੍ਰੋਸੈਸ, ਅਤੇ ਹਮੇਸ਼ਾ ਸਾਡੇ ਨਾਲ ਤੁਰੇ ਨੇ। ਅਤੇ ਹੋਰ ਜਿਹੜੇ ਹੋਰ ਫਰੈਂਡਸ ਮੇਰੇ ਘਰ ਨਿਰਾਸ਼ ਹੋ ਕੇ ਬੈਠੇ ਨੇ ਮੇਰੇ ਵਾਂਗੂ, 1 ਵਾਰੀ ਰਾਹੀ ਸਰ ਦੀ ਜ਼ਰੂਰ ਗਾਈਡੈਂਸ ਲਵੇ, ਤੁਹਾਨੂੰ ਜ਼ਰੂਰ ਮੋਟੀਵੇਟ ਕਰਨਗੇ ਉਹ। ਅਤੇ ਇਹੀ ਮੈਂ ਸਾਰ ਦਾ ਥੈਂਕਸ ਕਰਨਾ ਚਾਹੂੰਗਾ ਕਿ ਮੇਰਾ ਇਹਨਾਂ ਨੇ ਡ੍ਰੀਮ ਕਮ ਟਰੂ ਕੀਤਾ ਇੱਕ ਹਿਸਾਬ ਦਾ। ਹਰਮਨ ਜੀ, ਜਦੋਂ ਤੁਸੀਂ ਸਾਡੇ ਕੋਲ ਪਹਿਲਾਂ ਆਏ ਸੀ ਤਾਂ 2 ਵਾਰ ਤੁਹਾਡਾ ਰਿਫਿਊਜ਼ ਸੀਗਾ ਕੈਨੇਡਾ ਦਾ, ਹਾਂਜੀ ਸਰ, 1 ਵਾਰ ਆਸਟ੍ਰੇਲੀਆ ਦਾ ਅਤੇ 1 ਵਾਰ US ਦਾ। ਸੋ 1 ਵਾਰ USA, 1 ਵਾਰ ਆਸਟ੍ਰੇਲੀਆ ਅਤੇ 2 ਵਾਰ ਕੈਨੇਡਾ ਦਾ ਰਿਫਿਊਜ਼ ਸੀਗਾ। ਜਦੋਂ ਸਾਡੇ ਕੋਲ ਤੁਸੀਂ ਆਏ ਤਾਂ ਬਥੇਰੇ ਲੋਕ ਰਸਤੇ 'ਚ ਕਹਿੰਦੇ ਹੋਣਗੇ ਵੀ ਨਹੀਂ ਕਾਕਾ, ਤੇਰਾ ਵੀਜ਼ਾ ਨਹੀਂ ਲੱਗਣਾ, ਕੋਈ ਫਾਇਦਾ ਨਹੀਂ, ਚਮਤਕਾਰ ਨਹੀਂ ਹੋਣੇ। ਉਦੋਂ ਕੀ ਸੋਚ ਸੀਗੀ ਸਾਡੇ ਪ੍ਰਤੀ, ਜਾਂ ਕੀ ਸੋਚ ਸੀ ਆਪਣੇ ਫਿਊਚਰ ਪ੍ਰਤੀ ਕਿ ਵਾਕਈ ਮੈਂ ਵੀਜ਼ਾ ਲੈ ਪਾਵਾਂਗਾ ਜਾਂ ਨਹੀਂ? ਇਹ ਕਿ ਮੈਨੂੰ ਕਈ ਲੋਕਾਂ ਨੇ ਕਿਹਾ ਵੀ ਹੁਣ ਤੂੰ 2-3 ਵਾਰ ਨਹੀਂ 4 ਵਾਰ ਫਿਊਜ਼ ਹੋ ਚੁੱਕਾ, ਹੁਣ ਤੂੰ ਬਸ ਇੱਥੇ ਸਟੱਡੀ ਕਰ, ਇੱਥੇ ਕੋਈ ਜੋਬ ਲੱਭ। ਲੇਕਿਨ ਮੇਰਾ ਡ੍ਰੀਮ ਸੀ ਮੈਂ ਕੈਨੇਡਾ ਜਾ ਕੇ ਪੜ੍ਹਾਂ, ਅਤੇ ਮੈਂ ਸਰ ਨੂੰ ਵੀ ਆ ਕੇ ਗੱਲ ਦੱਸੀ। ਮੈਨੂੰ ਮੇਰੇ ਉਹ ਫਰੈਂਡ ਸੀ ਨਾਲ ਦੇ ਕਹਿੰਦੇ ਸੀ ਕਿ ਨਹੀਂ ਹੁਣ ਨਹੀਂ ਤੇਰੀ ਗੱਲ ਬਣਨੀ, ਅਤੇ ਸਰ ਨੇ ਮੈਨੂੰ ਹੌਸਲਾ ਦਵਾਇਆ ਕਿ ਤੇਰਾ ਮੈਂ ਵੀਜ਼ਾ ਲੈ ਕੇ ਦੇਵਾਂਗਾ। ਉਹ ਵੀ ਚੰਗੇ, ਮੇਰਾ ਕੈਂਬਰੀਅਨ ਕਾਲਜ ਦਾ ਵੀਜ਼ਾ ਆਇਆ ਵਾ ਸਡਬਰੀ ਵਿੱਚ, ਅਤੇ ਮੈਂ ਸਰ ਦਾ ਇਹ ਦਿਲੋਂ ਧੰਨਵਾਦ ਕਰਦਾ ਹਾਂ ਮੇਰੇ ਸਾਰੇ ਪੇਰੈਂਟਸ ਕਿ ਮੇਰਾ ਵੀਜ਼ਾ ਦਵਾ ਕੇ ਦਿੱਤਾ ਸਰ ਨੇ। ਹਰਮਨ, ਆਪਾਂ ਪੁਰਾਣੇ ਤੁਹਾਡੇ ਕੰਸਲਟੈਂਟ ਦਾ ਨਾਮ ਇਸ ਵੀਡੀਓ ਰਾਹੀਂ ਨਹੀਂ ਲਵਾਂਗੇ, ਤੁਹਾਡਾ ਜਿਹੜਾ ਪੁਰਾਣਾ ਕੰਸਲਟੈਂਟ ਸੀਗਾ, ਤੁਹਾਨੂੰ ਕੀ ਲੱਗਦਾ ਤੁਹਾਡੀ ਕੈਨੇਡਾ ਦੀ ਰਿਫਿਊਜ਼ਲ 'ਚ 2 ਵਾਰ ਕੀ ਗਲਤੀਆਂ ਰਹਿ ਗਈਆਂ ਜੋ ਕੰਸਲਟੈਂਟ ਨੇ ਕਰ ਦਿੱਤੀਆਂ, ਤੁਹਾਨੂੰ ਉਸ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ? ਤੁਹਾਨੂੰ ਕੀ ਲੱਗਦਾ ਕਿ ਕਿਹੜੀ ਗਲਤੀਆਂ ਸੀਗੀਆਂ ਜਿਹਨਾਂ ਕਰਕੇ ਤੁਹਾਨੂੰ ਲੱਗਦਾ ਕਿ ਕੰਸਲਟੈਂਟ ਦੀ ਗਲਤ ਚੋਣ ਕੀਤੀ ਅਤੇ ਉਹਦਾ ਖਮਿਆਜ਼ਾ ਤੁਹਾਨੂੰ ਰਿਫਿਊਜ਼ਲ ਨਾ ਭੁਗਤਣਾ ਪਿਆ? ਸਰ, ਮੇਰੀ ਜਲੰਧਰ ਦੀ ਕੰਪਨੀ ਕੋਲੋਂ ਮੈਂ 2 ਵਾਰ ਅਪਲਾਈ ਕਰਵਾਇਆ ਕੈਨੇਡਾ ਦਾ, ਉਹਨਾਂ ਨੇ ਮੇਰਾ ਕੋਰਸ ਗਲਤ ਹੋਣ ਦੇ ਬਾਵਜੂਦ ਮੇਰਾ ਰਿਫਿਊਜ਼ਲ ਆ ਗਿਆ 2 ਵਾਰੀ ਕੈਨੇਡਾ ਤੋਂ, 2 ਵਾਰ ਕੋਰਸ ਦੀ ਹੀ ਮਿਸਟੇਕ ਹੋਈ। ਦੈਨ ਮੈਂ ਮੈਡਮ ਨੂੰ ਆ ਕੇ ਮਿਲਿਆ, ਡੋਲੀ ਮੈਮ ਨੂੰ, ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰੀ ਕੋਰਸ ਕਰਕੇ ਰਿਫਿਊਜ਼ ਲੱਗ ਰਹੀ ਹੈ। ਦੈਨ ਮੈਂ ਬਿਜ਼ਨਸ ਦਾ ਕੋਰਸ ਅਪਲਾਈ ਕੀਤਾ ਕਿਉਂਕਿ ਮੈਂ ਕਮਰਸ ਬੈਕਗਰਾਊਂਡ ਤੋਂ ਸੀ, ਦੈਨ ਹੁਣ ਮੈਂ ਵੀਜ਼ਾ ਪਾ ਚੁੱਕਾ। ਸੋ ਬੇਸਿਕਲੀ ਤੁਹਾਨੂੰ ਇਹ ਲੱਗਦਾ ਕਿ ਇੱਕ ਕੋਰਸ ਦੀ ਰੈਲੀਵੈਂਸੀ ਬਣਾਉਣਾ ਜਾਂ ਇੱਕ ਕੋਰਸ ਦੀ ਸਹੀ ਚੋਣ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ ਕੈਨੇਡਾ ਵੀਜ਼ਾ ਲੈਣ ਦੇ ਲਈ। ਹਾਂਜੀ। ਸੋ ਇਹਨਾਂ ਨਾਲ ਬੈਠੇ ਨੇ ਇਹਨਾਂ ਦੇ ਗਾਰਡੀਅਨ, ਸੋ ਇਹਨਾਂ ਦਾ ਕੀ ਤੁਹਾਡਾ ਸਰ ਸਾਡੇ ਪ੍ਰਤੀ ਕੀ ਤੁਹਾਡੀ ਸੋਚ ਹੈ ਜਾਂ ਕਿਵੇਂ ਤੁਹਾਡਾ ਸਾਡਾ ਐਕਸਪੀਰੀਅੰਸ ਰਿਹਾ, ਪਲੀਜ਼ ਤੁਸੀਂ ਦਰਸ਼ਕਾਂ ਨੂੰ ਦੱਸੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ 4 ਵਾਰ ਰਿਫਿਊਜ਼ਲ ਬਾਅਦ ਵੀਜ਼ਾ ਕਿਵੇਂ ਲਿਆ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਮਨਦੀਪ ਦਾ ਚਾਚਾ ਜੀ। ਅਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਸੀਗੇ ਕਿਉਂਕਿ 4 ਵਾਰ ਰਿਫਿਊਜ਼ਲ ਲੱਗਣ ਤੋਂ ਬਾਅਦ ਸਾਨੂੰ ਹਰ ਇੱਕ ਨੇ ਇਹੀ ਕਿਹਾ ਵੀ ਹੁਣ ਤੁਹਾਡਾ ਵੀਜ਼ਾ ਨਹੀਂ ਲੱਗੇਗਾ, ਲੇਕਿਨ ਸਾਨੂੰ ਆਰ ਐੱਸ ਗਲੋਬਲ ਦਾ ਪਤਾ ਲੱਗਿਆ, ਅਸੀਂ ਰਾਈ ਸਾਹਿਬ ਨੂੰ ਆਣ ਕੇ ਮਿਲੇ, ਇਹਨਾਂ ਨੇ ਬਹੁਤ ਵਧੀਆ ਸਾਨੂੰ ਗਾਈਡ ਕੀਤਾ, ਇਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਹੱਲਾਸ਼ੇਰੀ ਦਿੱਤੀ ਕਿ 1 ਵਾਰੀ ਤੁਸੀਂ ਟਰਾਈ ਕਰਕੇ ਦੇਖੋ, ਤੁਹਾਡਾ ਵੀਜ਼ਾ ਜ਼ਰੂਰ ਮਿਲੇਗਾ। ਉਹੀ ਗੱਲ ਹੋਈ ਹੈ ਅਤੇ ਅਸੀਂ ਬੜੇ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਡੀ ਦਿਲ ਦੀ ਖੁਆਇਸ਼ ਪੂਰੀ ਕਰ ਦਿੱਤੀ ਹੈ। ਬਹੁਤ ਬਹੁਤ ਧੰਨਵਾਦੀ ਹਾਂ ਜੀ। ਸੋ ਥੈਂਕ ਯੂ ਸੋ ਵੈਰੀ ਮੱਚ ਐਂਡ
ਕੈਨੇਡਾ 'ਚ ਇੱਕ ਵਾਰ ਰਿਫਿਊਜ਼ ਹੋ ਚੁੱਕੇ ਹੋ, ਦੋ ਵਾਰ ਜਾਂ ਤਿੰਨ ਵਾਰ ਰਿਫਿਊਜ਼ ਹੋ ਚੁੱਕੇ ਹੋ, ਘਬਰਾਉਣ ਦੀ ਲੋੜ